ਸੀਜ਼ਨ 2 ਦੇ ਐਂਡ ਹੁੰਦੇ ਆਂ ਗਰਮੀ ਐਂਡ ਨਿਮਰਤ ਦੇ ਵਿਛੜਨ ਤੇ ਜੇਜੇ ਦੀ ਬੇਵਕੂਫੀ ਦਾ ਯਾਦੀ ਦੇ ਸੁਪਨੇ ਟੁੱਟਣ ਦਾ ਦੁੱਖ ਤਾਂ ਹੋਇਆ ਬਟ ਸਭ ਤੋਂ ਜ਼ਿਆਦਾ ਤਕਲੀਫ ਤਾਂ ਉਦੋਂ ਹੋਈ ਜਦੋਂ ਪਤਾ ਲੱਗਾ ਕਿ ਕਰਮੇ ਦੀ ਲਾਪਰਵਾਹੀ ਕਾਰਨ ਵਿਚਾਰੇ ਸੱਤੀ ਨੂੰ ਜਾਨ ਗਵਾਉਣੀ ਪਈ ਬਟ ਯਾਰ ਉਸ ਸਮੇਂ ਨਿਮਰਤ ਨਾਲ ਵੀ ਤਾਂ ਗੱਲ ਕਰਨੀ ਜ਼ਰੂਰੀ ਸੀ ਇਹੀ ਸਾਰੀ ਗੱਲਾਂ ਤੁਹਾਡੇ ਦਿਮਾਗ ਵਿੱਚ ਘੁੰਮਣ ਲੱਗ ਜਾਂਦੀਆਂ ਹਨ ਜਦੋਂ ਤੁਸੀਂ ਇਸ ਸੀਰੀਜ਼ ਨੂੰ ਦੇਖ ਕੇ ਹਟਦੇ ਹੋ ਭਈ ਇੰਨੇ ਖਤਰਨਾਕ ਲੈਵਲ ਦੀ ਸਟੋਰੀ ਰਾਈਟਿੰਗ ਐਂਡ ਕੈਰੈਕਟਰ ਡਿਵੈਲਪਮੈਂਟ ਲਈ ਰਵੀ ਟਿਵਾਣਾ ਜੀ ਵਾਕਈ ਤਾਰੀਫ ਦੇ ਹੱਕਦਾਰ ਨੇ ਬਟ ਯਾਰ ਇਸ ਦੇ ਵਿੱਚੋਂ ਕੁਝ ਕੈਰੈਕਟਰਸ ਖੁਸ਼ ਵੀ ਨੇ ਜਿਨ੍ਹਾਂ ਦੀ ਲਾਈਫ ਚਲੋ ਥੋੜੀ ਵਧੀਆ ਤਾਂ ਚੱਲ ਰਹੀ ਹੈ ਜਿਵੇਂ ਸਾਡਾ ਸਮਨ ਬਾਹਰ ਜਾ ਚੁੱਕਿਆ ਹੈ ਇੰਦਰ ਬਾਹਰ ਜਾ ਚੁੱਕਿਆ ਹੈ ਹੋਰ ਤਾਂ ਹੋਰ ਉਸ ਨੂੰ ਮਿਹਰ ਮੈਮ ਵੀ ਮਿਲ ਗਈ ਓਵਰਆਲ ਇਸ ਸੀਰੀਜ਼ ਨੂੰ ਬਣਾਇਆ ਹੀ ਇੰਨੇ ਲਾਜਵਾਬ ਤਰੀਕੇ ਨਾਲ ਗਿਆ ਹੈ ਤੁਸੀਂ ਇਸ ਨੂੰ ਪੂਰਾ ਦੇਖੇ ਬਗੈਰ ਰਹਿ ਹੀ ਨਹੀਂ ਸਕੋਗੇ ਪਰ ਜੇਕਰ ਗੱਲ ਕਰੀਏ ਇਸ ਦੇ ਸੀਜ਼ਨ 3 ਦੀ ਰਿਲੀਜ਼ ਡੇਟ ਦੀ ਤਾਂ ਇਸ ਦੇ ਮੇਕਰ ਰਵੀ ਟਿਵਾਣਾ ਦਾ ਹਲੇ ਕੋਈ ਪਲਾਨ ਨਹੀਂ ਹੈ ਜੋ ਕਿ ਇਸ ਦੀ ਸਟਾਰ ਕਾਸਟ ਨੇ ਇੱਕ ਇੰਟਰਵਿਊ ਵਿੱਚ ਖੁਦ ਐਕਸੈਪਟ ਕੀਤਾ ਹੈ ਥਰਡ ਸੀਜ਼ਨ ਬਾਰੇ ਬਹੁਤ ਐਕਸਾਈਟਮੈਂਟ ਹੈ ਸਾਰਿਆਂ ਨੂੰ ਹੁਣ ਤੁਸੀਂ ਥੋੜਾ ਜਿਹਾ ਕਲੂ ਦੇ ਦਿਓ ਕਿਉਂਕਿ ਮੈਨੂੰ ਪਤਾ ਦੱਸੋਗੇ ਤਾਂ ਤੁਸੀਂ ਹੈ ਨਹੀਂ ਸਾਨੂੰ ਆਪ ਨਹੀਂ ਪਤਾ ਜੀ ਸ਼ੂਟ ਚੱਲ ਰਹੇ ਹੈ ਨਹੀਂ फिलहाल तो सानू थोड़ी वेट करनी ही पड़ेगी क्योंकि ऑलरेडी सीरीज सानू काफी एंटरटेन कर चुकी है एंड होप कि इसका सीजन 3 जल्दी आवे मैं मिलता थोनू चैनल दी किसी भी वीडियो विच थैंक्स फॉर वॉचिंग बाय